بسم اللہ الرحمن الرحیم السلام علیکم دیسی ٹی وی یو ایس اے دی اسپیشل رپورٹ دے نال میں انا دیا راجپوت امریکی ریاست ٹیکسس دے باسیوں نے تاریخ رقم کر دتی امت مسلمہ ایک جسم دی مانند ہے جس دا عملی مظاہرہ ریاست ٹیکسس دے شہر تے دارو خلافہ آسٹن دے کیپٹل ہیلچ وچ دیکھا گیا آسٹن دے قربو جووار دے شہراں سین اینٹونیو شوگر لینڈ ویکو کارپس کرિસ્ٹی گول لینڈ امبل ٹیکسس ਕੇਚੀ ਅਰਵਿੰਦ ਤੇ ਹਿਊਸਟਨ ਤੋਂ ਲੈ ਕੇ ਦੂਰ ਦਰਾਜ਼ ਤੱਕ ਦੇ ਸ਼ਹਿਰਾਂ ਤੇ ਪੜੋਸ ਦੇ ਰਿਆਸਤਾਂ ਤੋਂ ਮੁਜ਼ਾਹਿਰਿਨ ਨੇ ਸ਼ਿਰਕਤ ਕੀਤੀ ਗਵਰਨਰ ਗ੍ਰੈਗ ਐਬਰਟ ਤੋਂ ਇਸਰਾਈਲ ਨੂੰ ਦਿੱਤੀ ਗਈ ਕਈ 100 ਮਿਲੀਅਨ ਡਾਲਰ ਜ਼ਿੰਦਾਦ ਦੇ ਖਿਲਾਫ ਮੁਜ਼ਾਹਿਰੇ ਚ ਭਰਪੂਰ ਹਿੱਸਾ ਲਿਆ ਗਿਆ ਤੇ ਰਿਆਸਤ ਟੈਕਸਿਸ ਦੀ ਤਾਰੀਖ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਮੁਜ਼ਾਹਿਰਾ ਇਤਨਾ ਵਸੀ ਤੇ ਭਰਪੂਰ ਸੀ ਕਿ ਮਕਾਮੀ ਮੀਡੀਆ ਪ੍ਰੋ ਇਸਰਾਈਲ ਪਾਲਿਸੀ ਰੱਖਦਿਆਂ ਹੋਇਆਂ ਵੀ ਮੁਜ਼ਾਹਿਰੇ ਦੀ ਕਵਰੇਜ ਕਰਨ ਤੇ ਮਜਬੂਰ ਹੋ ਗਿਆ ਹਰ ਉਮਰ ਮਜ਼ਾਹਿਬ ਤੇ ਨਸਲਾਂ ਦਾ ਇੱਕ ਮਤਨੂ ਹਜੂਮ ਗਜ਼ਾ ਵਿੱਚ ਜਾਰੀ ਜੰਗ ਦੇ ਖਿਲਾਫ ਇਤਜਾਜ ਲਈ ਨਿਕਲਿਆ ਤੇ ਆਪਣੇ ਵਾਜ਼ੇ ਗੁੱਸੇ ਤੇ ਮਾਇੂਸੀ ਦਾ ਇਜ਼ਹਾਰ ਕੀਤਾ ਆਲਮੀ ਦਾਇਰਾ ਸਿਹਤ ਦੇ ਮੁਤਾਬਕ ਜੰਗ ਦੇ ਆਗਾਜ਼ ਤੋਂ ਲੈ ਕੇ ਹੁਣ ਤੱਕ 10000 ਤੋਂ ਜ਼ਾਇਦ ਗਜ਼ਾ ਦੇ ਸ਼ਹਿਰੀ ਇਸرائیਲੀ ਹਮਲਿਆਂ ਤੋਂ ਹਲਾਕ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਅਕਸਰੀਅਤ ਖਵਾਤੀਨ ਤੇ ਬੱਚਿਆਂ ਦੀ ਹੈ ਦੇਸੀ ਟੀਵੀ ਯੂਐਸਏ ਤੋਂ ਫਿਲ ਵਕਤ ਇਤਨਾ ਹੀ ਮਜ਼ੀਦ ਖਬਰਾਂ ਤੇ ਅਪਡੇਟਸ ਲਈ ਸਾਡੇ ਨਾਲ ਰਹੋ